ਉਹਦੇ ਉੱਪਰ ਕਾਫੀ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਵੀ ਜੇ ਪਿਛਲੇ ਮਹੀਨਿਆਂ ਦੀ ਗੱਲ ਕਰੀਏ ਕੜਾਕੇ ਦੀ ਠੰਡ ਚ ਬਾਰਿਸ਼ ਦੇ ਮੌਸਮ ਦੇ ਵਿੱਚ ਵੀ ਕਿਸਾਨ ਉਸੇ ਤਰ੍ਹਾਂ ਬੈਠੇ ਰਹੇ ਕਿਉਂਕਿ ਕਾਲੇ ਤਿੰਨ ਕਾਨੂੰਨ ਜਿਹੜੇ ਹਜੇ ਤੱਕ ਵਾਪਸ ਨਹੀਂ ਹੋਏ ਹੁਣ ਮੌਸਮ ਬਦਲ ਦਾ ਨੇਰ ਆ ਰਿਹਾ ਤੇ ਕਿਸਾਨਾਂ ਵੱਲੋਂ ਵੀ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਇੱਕ ਰਹਿਣ ਬਸੇਰਾ ਤਿਆਰ ਕੀਤਾ ਜਾ ਰਿਹਾ ਜਿਹਦੇ ਵਿੱਚ ਪੂਰੀਆਂ ਸੁਵਿਧਾਵਾਂ ਮਿਲਣਗੀਆਂ ਚਾਹੇ ਉਹ ਮਹਿਲਾਵਾਂ ਹੋਣ ਬੱਚੇ ਹੋਣ ਬਜ਼ੁਰਗ ਹੋਣ ਹਰ ਕਿਸ ਨੂੰ ਪੂਰੀਆਂ ਸੇਵਾਵਾਂ ਦੇਣ ਦੀ ਕਿਸਾਨਾਂ ਨੇ ਠਾਨੀਆਂ ਤੇ ਇੱਕ ਰਹਿਣ ਬਸੇਰਾ ਜਿਹੜਾ ਬਣਾਇਆ ਜਾ ਰਿਹਾ ਸਾਡੇ ਕੁਝ ਕਿਸਾਨ ਵੀਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਰਹਿਣ ਬਸੇਰਾ ਜਿਹੜਾ ਬਣਾਇਆ ਜਾ ਰਿਹਾ ਕਿੰਨੇ ਕਮਰੇਰ ਚ ਬਣਾਇਆ ਜਾ ਰਿਹਾ ਇਦੇ ਵਿੱਚ ਤਿੰਨ ਕਮਰੇ ਬਣਾ ਰਹੇ ਸੀ ਤੇ ਭਾਰਤਕ ਸਿੰਘ ਜੀ ਨੇ ਦੋਆਬਾ ਮਜੀਠ ਸਿੰਘ ਰਾਏ ਉਹਨਾਂ ਦੇ ਬਣ ਰਿਹਾ ਜੁਨੀਅਰ ਦੇ ਤਾਂ ਕਿੰਨਾ ਖਰਚਾ ਆ ਜਾਵੇਗਾ ਖਰਚਾ ਤਾਂ ਲਗਭਗ ਇਹਦਾ ਤਾਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਖਰਚੇ ਦਾ ਕੋਈ ਲਿਮਟ ਨਹੀਂ ਰੱਖੀ ਜਿੱਦਾਂ ਇਟੇ ਆ ਗਈ 1.5-2 ਲੱਖ ਦੀ ਡੈਕਟ ਹੋ ਗਈ ਬਾਕੀ ਇਹਦੇ ਵਿੱਚ ਏਸੀ ਲਾਉਣੇ ਆਪਾਂ ਬਾਥਰੂਮ ਵੀ ਬਣਾ ਕੇ ਦੇਣੇ ਆ ਅਟੈਚ ਬਾਥਰੂਮ ਬਣਾ ਕੇ ਦਵਾਂਗੇ ਬੀਬੀਆਂ ਲਈ ਅਲੱਗ ਤੇ ਬੱਚਿਆਂ ਲਈ ਬਜ਼ੁਰਗਾਂ ਲਈ ਅਲੱਗ ਉਹਦਾ ਹੁਣ ਖਰਚਾ ਸਹੂਲਤਾਂ ਕੀ ਕੀ ਸਹੂਲਤਾਂ ਹੋਣਗੀਆਂ ਇਸ ਰਹਿਣ ਬਸੇਰੇ ਸਹੂਲਤਾਂ ਇਹਦੇ ਵਿੱਚ ਇਦਾਂ ਇਹ ਆ ਜਿੱਦਾਂ ਹੁਣ ਆਪਣੇ ਸਭ ਤੋਂ ਪਹਿਲਾਂ ਤਾਂ ਬੀਬੀਆਂ ਬਜ਼ੁਰਗ ਬੱਚੇ ਆਉਂਦੇ ਜਿਹਦਾ ਬੀਬੀਆਂ ਨੂੰ ਨਹਾਉਣ ਦੀ ਪ੍ਰੋਬਲਮ ਹੁੰਦੀ ਉਹ ਬਾਥਰੂਮ ਬਣਾ ਕੇ ਦੇਵਾਂਗੇ ਤੇ ਦੂਜੀ ਅਸੀਂ ਉਹਨਾਂ ਦਾ ਸੈਪਰੇਟ ਅਲੱਗ ਕਮਰਾ ਹੋਊਗਾ ਤੇ ਮੰਜੇ ਲਾ ਕੇ ਦੇਵਾਂਗੇ ਗੱਦੇ ਲਾ ਕੇ ਦੇਵਾਂਗੇ ਹਨਾ ਤੇ ਉੱਪਰ ਏਸੀ ਲਾ ਕੇ ਦੇਵਾਂਗੇ ਨਾਲ ਉਹਨਾਂ ਦੇ ਤੁਹਾਨੂੰ ਇਹ ਨਾਲ ਵੀ ਗੱਲ ਪਹੁੰਚੂਗੀ ਉਹਦੇ ਉਹ ਕਨਾਂ ਤੱਕ ਤੇ ਅੱਜ ਪਤਾ ਲੱਗਿਆ ਪਹੁੰਚ ਗਈ ਆ ਤੇ ਕੱਲ ਵੀ ਥੋੜੀ ਜਿਹੀ ਆਈ ਸੀ ਪਹਿਲਾਂ ਵੀਡੀਓ ਬਣਾ ਕੇ ਆਏ ਸੀ ਕਿ ਪਤਾ ਲੱਗਾ ਸ਼ਾਮੀ ਤੇ ਅਸੀਂ ਤਾਂ ਹੈ ਨਹੀਂ ਸੀ ਬਾਹਰ गए ਸੀਗੇ ਤੇ ਅੱਜ ਆਏ ਸਵੇਰ ਦੁਪਹਿਰੇ ਆਏ ਸੀਗੇ ਐਸ ਐਚਓ ਸਾਹਿਬ ਪਹਿਲਾਂ ਆਏ ਤੇ ਬਾਅਦ ਵਿੱਚ ਡੀ ਐਸ ਪੀ ਸਾਹਿਬ ਆਏ ਤੇ ਬਾਅਦ ਵਿੱਚ ਐਸ ਡੀ ਐਮ ਮੈਡਮ ਹੁਣੇ ਆਏ ਆ ਤੇ ਵਸੇ ਉਹੀ ਗੱਲ ਕਰ ਰਹੇ ਸੀ ਜਿਹਾ ਯੋ ਬੰਦ ਕਰ ਦਿਓ ਜਾਂ ਅਸੀਂ ਤੁਹਾਨੂੰ ਜਗ੍ਹਾ ਦੇ ਦਿੰਦੇ ਪਾਲੀ ਸਾਈਡ ਚਲ ਜਾਓ ਅਸੀਂ ਕਾ ਯਾਰ ਪਾਲੀ ਅਸੀਂ ਕਿੱਧਰ ਕਿੱਥੇ ਜਗ੍ਹਾ ਦੇ ਤਾ ਕੌਣ ਦਿੰਦਾ ਕਿੱਥੇ ਪਈ ਖਾਲੀ ਤੁਹਾਨੂੰ ਵੀ ਪਤਾ ਯਾਰ ਹਣ ਤਾਂ ਹਾਲ ਦੀ ਘੜੀ ਰੋਕ ਕੇ ਗਏ ਉਹ ਤੇ ਤੇ ਦਬਣੂਗਾ ਹੁਣ ਦੇਖਦੇ ਆ ਜਿੱਦਾਂ ਬਣਦਾ ਨਾ ਜਾਂ ਫਿਰ ਵੀ ਚਲੋ ਗੱਲ ਕਰਕੇ ਪ੍ਰਸ਼ਾਸਨ ਨੇ ਕਿੱਦਾਂ ਵੀ ਕੀ ਹਿਸਾਬ ਨਾਲ ਕਿੱਦਾਂ ਦਿੰਦੇ ਆ ਸਾਨੂੰ ਕੀ ਜਿੱਦਾਂ ਕਹਿੰਦੇ ਸੀ ਉਹ ਥੋੜਾ ਸਾਈਡ ਤੇ ਹੋ ਜਾਓ ਆ ਹਾਈਵੇ ਆ ਜਾਂ ਇਦਾਂ ਗੱਲ ਕਰ ਰਹੇ ਸੀ ਦੇਖਦੇ ਆ ਕਿੱਦਾਂ ਹੁੰਦੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪ੍ਰਸ਼ਾਸਨ ਨੇ ਆਣ ਕੇ ਰਹਿਣ ਬਸੇਰੇ ਦਾ ਕੰਮ ਰੋਕ ਦੇ ਦੇਖੋ ਜੀ ਗੱਲ ਇਹ ਆ ਵੀ ਹਰ ਇੱਕ ਦਾ ਆਪਣਾ ਰਹਿਣ ਬਸੇਰਾ ਤੁਸੀਂ ਵੀ ਡਿਊਟੀ ਕਰਕੇ ਜਾਣਾ ਆਪਣੇ ਰਹਿਣ ਵਸੇਰੇ ਜਾਣੇ ਅਸੀਂ ਆਪਣੀ ਜਗ੍ਹਾ ਨੂੰ ਛੱਡ ਗਿਆ ਅਸੀਂ ਆਪਣੇ ਘਰਾਂ ਨੂੰ ਛੱਡ ਕੇ ਆਪਣੀਆਂ ਇੰਨੀਆਂ ਜ਼ਮੀਨਾਂ ਨੂੰ ਛੱਡ ਗਿਆ ਅਸੀਂ ਉਹ ਰਿਹਾ ਅਸੀਂ ਕਬਜ਼ਾ ਕਰਕੇ ਕੀ ਕਰਨਾ ਉਹਨਾਂ ਨੂੰ ਥੋੜੀ ਜੀ ਮਨ ਦੇ ਵਿੱਚ ਉਹਨਾਂ ਦੇ ਵਹਿਮ ਸੀਗਾ ਉਹ ਕੱਢ ਲੈਣਗੇ ਜੀ ਦੇਖੋ ਅਸੀਂ ਕੋਈ ਕੱਚੀਆਂ ਕੰਧਾਂ ਕਰ ਰਹੇ ਹਾਂ ਕੋਈ ਨਿਉਆਂ ਨਹੀਂ ਪਟੀਆਂ ਉਤੋਂ ਹੀ ਚੱਕਿਆ ਅਸੀਂ ਨੇ ਇੱਕ ਮਾਈਆਂ ਦਾ ਕਮਰਾ ਬਣਾਇਆ ਇੱਕ ਭਾਈਆਂ ਦਾ ਬਣਾਇਆ ਇੱਕ ਆਪਣੇ ਰਸਣ ਵਾਸਤੇ ਬਣਾਇਆ ਰਸਣ ਸਾਡਾ ਖਰਾਬ ਹੋ ਜਾਂਦਾ ਇਹਦੇ ਵਿੱਚ ਜਦੋਂ ਸਾਨੂੰ ਕੋਈ ਪਰਿਵਾਰੀ ਸ਼ਾਂਦੀ ਉਹਦਾ ਸਾਰਾ ਜਦੋਂ ਸਾਨੂੰ ਕੋਈ ਪ੍ਰਸ਼ਾਸਨ ਕੋਈ ਸੈਲਪ ਨਹੀਂ ਕਰ ਰਿਹਾ ਸਾਡੇ ਲਈ ਪ੍ਰਸ਼ਾਸਨ ਨੇ ਕਰਿਆ ਕੀ ਆ ਮਾੜੀ ਜਿਹੀ ਹਵਾ ਆਉਂਦੀ ਆ ਤੰਬੂ ਚੜਕ ਜਾਂਦਾ ਉਹ ਨਿਕਲ ਜਾਂਦਾ ਤਾਂ ਉਹਦੇ ਵਿੱਚ ਅਸੀਂ ਕੀ ਕਰਦੇ ਆ ਮੈਂ ਇੱਕ ਵਾਰੀ ਦਿਖਾ ਦੇਣਾ ਚਾਹਨਾ ਕਿ ਜਿਹੜਾ ਰਹਿਣ ਬਸੇਰਾ ਬਣਾਇਆ ਜਾ ਰਿਹਾ ਤਿੰਨ ਕਮਰੇਰ ਚ ਬਣਾਏ ਜਾ ਰਹੇ ਇੱਕ ਬਜ਼ੁਰਗ ਮੇਲਾਵਾ ਤੇ ਬੱਚਿਆਂ ਲਈ ਇੱਕ ਪਾਈਆਂ ਦੇ ਲਈ ਇਸ ਦੇ ਨਾਲ ਹੀ ਜਿਸ ਤਰ੍ਹਾਂ ਕਿ ਕਿਸਾਨ ਵੀਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਪੂਰੀਆਂ ਸੁਵਿਧਾਵਾਂ ਜਿਹੜੀਆਂ ਇਹਦੇ ਵਿੱਚ ਦਿੱਤੀਆਂ ਜਾਣਗੀਆਂ ਨਾਲ ਹੀ ਇਹਦੇ ਵਿੱਚ ਏਸੀ ਵੀ ਜਿਹੜੇ ਲਗਾਏ ਜਾਣਗੇ ਕਿਉਂਕਿ ਮਹਿਲਾਵਾਂ ਤੇ ਜਿਹੜੇ ਬਜ਼ੁਰਗਾਂ ਨੂੰ ਜਿਹੜੀ ਗਰਮੀ ਨਾ ਲੱਗ ਸਕੇ ਪਰ ਉਸ ਨੂੰ ਵੀ ਜਿਹੜਾ ਪ੍ਰਸ਼ਾਸਨ ਨੇ ਅੱਜ ਜਿਹੜਾ ਰੋਕ ਦਿੱਤਾ ਕੰਮਿਆਦਾ ਰੋਕ ਦਿੱਤਾ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਮਨਜੀਤ ਸਿੰਘ ਰਾਏ ਜੀ ਉਹਨਾਂ ਦੇ ਨਾਲ ਪ੍ਰਸ਼ਾਸਨ ਦੀ ਗੱਲਬਾਤ ਹੋਈ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਰਹਿਣ ਬਸੇਰਾ ਕਦੋਂ ਤੱਕ ਤਿਆਰ ਹੁੰਦਾ ਹੈ ਕਿ ਪ੍ਰਸ਼ਾਸਨ ਇਹਨੂੰ ਰੋਕ ਦਿੰਦਾ ਹੈ ਜਿਉਂਦੇ ਉਹਨਾਂ ਨਾਲ ਗੱਲ ਕਰਦਾ ਹੈ ਕਾਫੀ ਲੰਮਾ ਸਮਾਂ ਹੋ ਗਿਆ ਹੈ ਮੰਗਾਂ ਨੂੰ ਲੈ ਕੇ ਬੈਠਿਆ ਨੂੰ ਕੇਂਦਰ ਸਰਕਾਰ ਕਿਉਂ ਨਹੀਂ ਸੁਣ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਰਕਾਰ ਜਿਹੜੀ ਹੈ ਸਰਕਾਰ ਨੂੰ ਸਾਰਾ ਪਤਾ ਹੈ ਲਗਭਗ ਸਾਨੂੰ 3 ਮਹੀਨਿਆਂ ਤੋਂ ਉੱਤੇ ਹੋ ਗਏ ਨੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਅੰਦਰ ਵੀ ਦਿਖਾ ਦਵੇ ਵੀ ਜਿਹੜੇ ਪੱਕੇ ਕਰ ਜਿਹੜੇ ਬਣਾਨੇ ਸ਼ੁਰੂ ਕਰ ਦਿੱਤੇ ਕੁਝ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਿਹੜੇ ਦਿੱਲੀ ਬਾਰਡਰ ਦੇ ਉੱਪਰ ਗਾਜੀਪੁਰ ਬਾਰਡਰ ਤੇ ਜਾਂ ਟਿਕਰੀ ਬਾਰਡਰ ਦੇ ਉੱਪਰ ਲੱਗੇ ਹੋਏ ਨੇ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਪਰ ਕੇਂਦਰ ਸਰਕਾਰ ਵੱਲੋਂ ਹਜੇ ਤੱਕ ਕੋਈ ਵੀ ਗੱਲ ਨਹੀਂ ਸੁਣੀ ਗਈ ਇਸ ਨੂੰ ਲੈ ਕੇ ਜਿਹੜਾ ਹੁਣ ਕਿਸਾਨ ਵੀਰਾਂ ਨੇ ਫੈਸਲਾ ਕੀਤਾ ਕਿ ਆਪਣੇ ਪੱਕੇ ਕਰ ਜਿਹੜੇ ਬਣਾਏ ਜਾਣ ਤੁਸੀਂ ਦੇਖ ਸਕਦੇ ਹੋ ਵੀ ਚਾਰਦਵਾਰੀ ਕਰ ਦਿੱਤੀ ਇਹ ਕੰਦਾ ਵੀ ਚੱਕੜੀਆਂ ਸ਼ੁਰੂ ਕਰ ਦਿੱਤੀਆਂ ਸਿੰਘੂ ਬਾਰਡਰ ਤੇ ਅਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਪੱਕੇ ਮਕਾਨ ਜਿਹੜੇ ਕਿਸਾਨ ਵੀਰਾਂ ਨੇ ਬਣਾਨੇ ਸ਼ੁਰੂ ਕਰ ਦਿੱਤੇ ਨੇ ਚਾਰਦਵਾਰੀ ਕਰ ਦਿੱਤੀ ਹੈ ਕਿਸਾਨ ਵੀਰ ਬਾਰਡਰਾਂ ਤੇ ਬੈਠੇ ਹੋਏ ਨੇ ਤੇ ਪੱਕੇ ਮਕਾਨ ਬਣਾਉਣ ਦੀਆਂ ਵੀ ਪੂਰੀਆਂ ਤਿਆਰੀਆਂ ਕਰ ਲਿੱਤੀਆਂ ਗਿਆ ਨੇ ਸਿੰਘੂ ਬਾਰਡਰ ਦਿੱਲੇ